ਉਹਨਾਂ ਦਾ ਇਹ ਵੀ ਹੁੰਦਾ ਵੀ ਹੁਣ ਮਾ ਰਮਜ਼ਾਨ ਸ਼ਰੀਫ ਆ ਗਿਆ ਹੈ ਨਾ ਹਾਂਜੀ ਰਜਦੇ ਤੇ ਦੌਲਤਮੰਦ ਤਾਂ ਉਹ ਹੀ ਆ ਲੇਕਿਨ ਉਹ ਇਸ ਤਰ੍ਹਾਂ ਕਰ ਸਿਰਫ ਸਿੱਖ ਦੂਏ ਨੇ ਖੱਤਰੀ ਕਿਰਾੜ ਨੇ ਸਿਰਫ ਸਿੱਖ ਉਹ ਇੱਦਾਂ ਹੀ ਕਰ ਲੈਂਦੇ ਵੀ ਮੁਸਲਮਾਨ ਗਰੀਬ ਹੈ ਨਾ ਇਸ ਨੂੰ ਇੱਕ ਮੱਝ ਗਾਂ ਲਿਆਰੀ ਦੇ ਦੀ ਵੀ ਇਹ ਰੋਜ਼ੇ ਆਪਦੇ ਰੱਖ ਲਓ ਠੀਕ ਇਸ ਚੀਜ਼ ਤੋਂ ਮਨਾ ਨਹੀਂ ਕਰਦੇ ਉੱਟੇ ਖੁਸ਼ ਹੈ ਤਾਂ ਆਪਣੇ ਰੱਬ ਦੀ ਤੁਸੀਂ ਇਬਾਦਤ ਕਰੋ ਤੁਹਾਡਾ ਯੂ ਹੀ ਰੱਬ ਹੈ ਸਾਡਾ ਯੂ ਹੀ ਰੱਬ ਇਹ ਜੀ ਕਰਤਾਰ ਸਿੰਘ ਸੀ ਪਹਿਲੇ ਕਰਤਾਰ ਸਿੰਘ ਆ ਉਸ ਤੋਂ ਬਾਅਦ ਇਹ ਕਰਤਾਰਪੁਰ ਰੱਖਿਆ ਕਿ ਕਰਤਾਰ ਨਾਮ ਬੁਰਾ ਨਹੀਂ ਕਰਤਾਰ ਮੈਨੇ ਹੈ ਅੱਲਾ ਪਾਕ ਸਰਜਣਹਾਰ ਕਰਤਾਰ ਇਹ ਰੱਬ ਦਾ ਨਾਮ ਕਿ ਕਿਰਾੜ ਜਿਹੜੀ ਗੱਲ ਨੂੰ ਟੱਕ ਲਾਉਂਦੇ ਨਾ ਉਸ ਤੋਂ ਬਚਦੇ ਨਹੀਂ ਚਾਹੇ ਸਿੱਖ ਕੋਈ ਗੈਰ ਮਜ਼ਹਬ ਉਹ ਹੱਕ ਦਿੰਦੇ ਹਨ ਬੜੀ ਸਲਾਮ ਦੁਆਈ ਜੀ ਕਿਉਂਕਿ ਅੱਛੇ ਲੋਕ ਹਨ ਸ਼ਰੀਫ ਲੋਕ ਹਨ ਕਿਸੇ ਨਾਲ ਇਹ ਜ਼ਿਆਦਤੀ ਨਹੀਂ ਕਰਦੇ ਹਨ ਇਹਨਾਂ ਦਾ ਹਰ ਕੋਈ ਯਾਨੀ ਇਹਨਾਂ ਨਾਲ ਸਲੂਕ ਨਾਲ ਇਖਲਾਕ ਨਾਲ ਟੁੱਟਦੇ ਯਾਨੀ ਗੈਰ ਮਜ਼ਹਬਾਂ ਦੀ ਕਿਰਾੜਾਂ ਹਿੰਦੂਆਂ ਦੀ ਸ਼ਾਦੀ ਹੁੰਦੀ ਉਹਨਾਂ ਦੇ ਰਵੱਈਏ ਨਾਲ ਉਵੇਂ ਵਰਤ ਜਾਣਾ ਜਿਸੇ ਇਦੂ ਕੋਈ ਮੁਸਲਮਾਨਾਂ ਦੀ ਸ਼ਾਦੀ ਹੁੰਦੀ ਅਤੇ ਉਸੇ ਮੁਸਲਮਾਨਾਂ ਦੇ ਰਵੱਈਏ ਨਾਲ ਉਹ ਵੀ ਵਰਤ ਜਾਂਦੇ ਇਹ ਰੂਪੇ ਕਿਰਾੜ ਦਾ ਅੱਗੇ ਮੈਂ ਜ਼ਿਕਰ ਕੀਤਾ ਇਸ ਨੂੰ ਸਿਰਵਾਣੇ ਬੋਦਲੇ ਰਲ ਕੇ ਬਾਰਡਰ ਕਰਾਸ ਕਰ ਰਿਹਾ ਅੱਛੇ ਵਰਤਣ ਨੂੰ ਅੱਛੇ ਵਰਤਾਓ ਹਨ ਉਹਦੇ ਨਾਲ ਇਸ ਵਜ੍ਹਾ ਤੋਂ ਕਰ ਲਓ ਜਾਂ ਵੈਸੇ ਅੱਛੇ ਲੋਕ ਆਣੇ ਵੈਸੇ ਹਨ ਵੀ ਅੱਛੇ ਲੋਕ ਅਤੇ ਉਹਨਾਂ ਉੱਥੇ ਬਾਰਡਰ ਕਰਾਸ ਕਰਾਇਆ ਵੀ ਤੂੰ ਜਾ ਅੱਗੋਂ ਹੁਣ ਤੇਰਾ ਮੁਲਾਕ ਆ ਗਿਆ ਇਹ ਬਾਰਡਰ ਹੈ ਉੱਥੇ ਅੱਗੇ ਤੈਨੂੰ ਕੋਈ ਨਹੀਂ ਪੁੱਛਦਾ ਸਲਾਮੁ ਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਅਤੇ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦਾ ਪਿੰਡ ਹੱਟੀਆਂ ਕਰਤਾਰਪੁਰ ਜਿਹਦਾ ਕਿ ਪਹਿਲੇ ਜ਼ਿਲ੍ਹਾ ਮਿੰਟ ਗੁਮਰੀ ਸੀ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਦੋ ਹਿੱਸੇ ਸੀ ਜਿਹੜੇ ਇੱਕ ਹਿੱਸੇ ਨੂੰ ਕਰਤਾਰਪੁਰ ਕਿਹਾ ਜਾਂਦਾ ਹੈ ਅਤੇ ਦੂਸਰੇ ਹਿੱਸੇ ਨੂੰ ਹੱਟੀਆਂ ਕਰਤਾਰਪੁਰ ਕਿਹਾ ਜਾਂਦਾ ਹੈ ਹੱਟੀਆਂ ਮਤਲਬ ਕਿ ਉੱਥੇ ਕੁਛ ਕਰਾੜਾਂ ਦੀਆਂ ਦੁਕਾਨਾਂ ਸੀ ਇੱਕ ਮਾਰਕੀਟ ਸੀ ਜਿੱਥੇ ਪਹਿਲੇ ਸਿਰਫ ਸਿੱਖ ਸਰਦਾਰ ਅਤੇ ਕਰਾੜ ਰਹਿੰਦੇ ਸੀ ਲੇਕਿਨ ਬਗਦਾਦ 'ਚ ਆਏ ਬੋਦਲੇ ਉਹਨਾਂ ਨੇ ਵੀ ਫਿਰ ਇੱਥੇ ਆਪਣੀ ਰਿਹਾਇਸ਼ ਪਜ਼ੀਰ ਕੀਤੀ ਅਤੇ ਇੱਥੋਂ ਦੇ ਲੋਕਾਂ ਨਾਲ ਰਲ ਮਿਲ ਕੇ ਰਹਿਣ ਲੱਗ ਗਏ ਇਹ ਪਿੰਡ ਦੇ ਲੋਕ ਆਪਣੇ ਪੁਰਾਣੇ ਕਰਾੜਾਂ ਅਤੇ ਸਰਦਾਰਾਂ ਨੂੰ ਜਾਣਦੇ ਹਨ ਅਤੇ ਕਿਹਾ ਜਾਂਦਾ ਹੈ ਕਿ 1947 ਦੀ ਵੰਡ ਤੋਂ ਬਾਅਦ ਹੁਣ ਵੀ ਬੜੇ ਸਰਦਾਰ ਜਿਹੜੇ ਨੇ ਉਹ ਪਿੰਡ ਦੇਖਣ ਆਉਂਦੇ ਨੇ ਜਿਹਦੇ ਵਿੱਚੋਂ ਕੁਛ ਕਰਾੜ ਨੇ ਇੱਕ ਦੋ ਸਰਦਾਰ ਨੇ ਉਹ ਆਪਣਾ ਪਿੰਡ ਅੱਜ ਵੀ ਦੇਖਣ ਆਉਂਦੇ ਨੇ ਅਤੇ ਇਸੇ ਹੀ ਪਿੰਡ ਤੋਂ 5 ਮੀਲ ਦੇ ਪੰਧ 'ਤੇ ਇੱਕ ਗੁਰਦੁਆਰਾ ਵੀ ਹੈ ਜਿੱਥੇ ਜਾ ਕੇ ਆਪਣੀ ਇਬਾਦਤ ਕਰਦੇ ਸਨ ਆਪਾਂ ਦੇਖਦੇ ਹਾਂ ਪਿੰਡ ਅਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨੀ ਹੱਟੀਆਂ ਕਰਤਾਰਪੁਰ ਜੋ ਕਿ ਜ਼ਿਲ੍ਹਾ ਪਾਕਪਤਨ ਤੋਂ 20 ਮੀਲ ਦੇ ਪੰਧ 'ਤੇ ਹੈ ਅਤੇ ਜ਼ਿਲ੍ਹਾ ਸਾਹੀਵਾਲ ਜਿਹਨੂੰ ਪਹਿਲੇ ਮਿੰਟ ਗੁਮਰੀ ਕਿਹਾ ਜਾਂਦਾ ਸੀ ਉੱਥੋਂ 25 ਮੀਲ ਦੇ ਪੰਧ 'ਤੇ ਮੌਜੂਦ ਹੈ ਅਸਲਾਮ ਵਾਲੇਕੁਮ ਜੀ ਵਾਹਿਗੁਰੂ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਅੱਲਾਹ ਦੀ ਸ਼ੁਕਰ ਅਤੇ ਨਾਮ ਕੀ ਆਪਣਾ ਜੀ ਮੇਰਾ ਨਾਮ ਜੀ ਗੌਹਰ ਅਲੀ ਗੌਹਰ ਅਲੀ ਅਤੇ ਵਾਲਾ ਸਾਹਿਬ ਦਾ ਜੀ ਗੌਹਰ ਅਲੀ ਵਾਲਦ ਸ਼ੇਰ ਮੰਮਨ ਕੌਮ ਸਿਰਵਾਣਾ ਖਰਾ ਆਪਣੇ ਜਿਹੜੇ ਵੱਡੇ ਨੇ ਜੀ 1947 ਦੀ ਵੰਡ ਤੋਂ ਪਹਿਲਾਂ ਪੁਰਾਣੇ ਹੀ ਇੱਥੇ ਰਹਿਣ ਵਾਲੇ ਨੇ 1947 ਤੋਂ ਪਹਿਲੇ ਦੇ ਕਦੀਮ ਜ਼ਮਾਨਿਆਂ ਤੋਂ ਪਹਿਲੇ ਯਾਨੀ ਕਿ ਇਸ ਦਾ ਕਿਤੇ ਕਿਸੇ ਤਾਰੀਖ ਵਿੱਚ ਇਹ ਜ਼ਿਕਰ ਨਹੀਂ ਆਇਆ ਹੋਵੇਗਾ ਕਿ ਕਦੋਂ ਦਾ ਪਿੰਡ ਹੈ ਔਰ ਕਿਸ ਸੰਨ ਦੇ ਵਿੱਚ ਇੱਥੇ ਲੋਕ ਬੈਠੇ ਨੇ ਅਤੇ ਪਿੰਡ ਬਣਿਆ ਇਹ ਕਿਸੇ ਨੂੰ ਵੀ ਨਹੀਂ ਪਤਾ ਯਾਨੀ ਕਦੀਮ ਜ਼ਮਾਨੇ 'ਚ ਪੁਰਾਣਾ ਪਿੰਡ ਹੈ ਇਹ ਕਿੰਨੇ ਕੁ ਸਾਲ ਪੁਰਾਣਾ ਪਿੰਡ ਹੋਣਾ ਜੀ ਆਪਣਾ ਇਹ ਜੀ ਤਕਰੀਬਨ ਸ਼ੇਰ ਸ਼ਾਹ ਸੂਰੀ ਉਹਦਾ ਜ਼ਿਕਰ ਹੋ ਸੀ ਕਿਤਾਬਾਂ 'ਚ ਬਿਲਕੁਲ ਅਗਰ ਉਹਨਾਂ ਨੂੰ ਵੇਖਿਆ ਜਾਵੇ ਤਾਂ ਇਹ ਸ਼ਾਇਦ ਉਸ ਦੌਰ ਨਾਲ ਰਲਦਾ ਮਿਲਦਾ ਨਜ਼ਦੀਕ ਆਬਾਦੀ ਜਿਹੜੀ ਅਲੱਗ ਹੈ ਹੱਟੀਆਂ ਉੱਥੇ ਰੈਸ਼ੀ ਹੋ ਗਏ ਬੋਦਲੇ ਇੱਥੇ ਰੈਸ਼ ਕਰ ਗਏ ਇਹ ਸਾਰਾ ਪਿੰਡ ਹੀ ਬੋਦਲਿਆਂ ਦਾ ਇਹ ਬੋਦਲੇ ਕਿੱਥੋਂ ਮਾਈਗ੍ਰੇਟ ਹੋ ਕੇ ਆਏ ਇਸ ਜਗ੍ਹਾ ਤੇ ਇਹ ਜੀ ਬੋਦਲੇ ਜਿਹੜੇ ਨਾ ਇਸ ਚੀਜ਼ ਦਾ ਕੋਈ ਪਤਾ ਨਹੀਂ ਕਿ ਕਿਹੜੇ ਮੁਲਕ ਤੋਂ ਆਇਆ ਹਾਂ ਇੱਕ ਇਹਨਾਂ ਦਾ ਨਿਕਾਲ ਖਾਈਦਾ ਹੈ ਬਗਦਾਦ ਚ ਆਏ ਨੇ ਜਦੋਂ ਮਤਲਬ ਸਿੱਖਾਂ ਦੇ ਕਰਾੜ ਉਦੋਂ ਕੋਈ ਮੁਸਲਮਾਨ ਰਹਿੰਦੇ ਸੀ ਇੱਥੇ ਕਿ ਸਿਰਫ ਸਿੱਖ ਤੇ ਕਰਾੜ ਸੀ ਮੁਸਲਮਾਨ ਹਨ ਪੀਰ ਬੋਦਲੇ ਹਨ ਬਾਅਦ ਵਿੱਚ ਸਿਰਵਾਣੇ ਜਿਹੜੇ ਨਾ ਇਹਨਾਂ ਪੀਰਾਂ ਬੋਦਲੇ ਜਗ੍ਹਾ ਦਿੱਤੀ ਠੀਕ ਵੀ ਇੱਥੇ ਅਸੀਂ ਇਕੱਲਿਆਂ
ਤੇ ਤੁਸੀਂ ਸਾਡੇ ਕੋਲ ਰਕਬਾ ਲੈ ਲਓ ਸਾਡੇ ਕੋਲ ਬਹਿ ਜਾਓ ਇਹ ਸਿਰ ਵਾਲਿਆਂ ਨੂੰ ਰਕਬਾ ਬੋਦਲਿਆਂ ਦਿੱਤਾ ਉਸ ਟਾਈਮ ਦੀ ਫਿਰ ਮਤਲਬ ਜਦੋਂ ਗੈਰ ਮੁਸਲਿਮ ਇੱਥੇ ਰਹਿੰਦੇ ਸੀ ਫਿਰ ਜ਼ਾਹਰੀ ਗੱਲ ਹੈ ਪਿੰਡ ਦੀਆਂ ਪੱਤੀਆਂ ਵੰਡੀਆਂ ਗਈਆਂ ਹੋਣਗੀਆਂ ਹਾਂਜੀ ਪੱਤੀਆਂ ਬਣ ਗਈਆਂ ਉਹ ਕਿਹੜੀ ਕਿੰਨੀ ਕਿਹੜੀ ਕਿਹੜੀ ਪੱਤੀ ਸੀ ਉਹਦਾ ਕੋਈ ਨਾਮ ਅਲ ਮਸ਼ਹੂਰ ਤਾਂ ਦੋ ਬੰਦੇ ਹਨ ਪੀਰ ਅਕਬਰ ਸ਼ਾਹ ਪੀਰ ਆਜ਼ਮ ਸ਼ਾਹ ਅਤੇ ਨਿਹਾਇਤ ਅੱਛੇ ਬੰਦੇ ਔਰ ਸਾਧੂ ਫਕੀਰ ਲੋਕ ਹਨ ਜਿਹੜੇ ਸਿਰਵਾਣੇ ਆ ਹਾਂਜੀ ਉਹਦਾ ਜੀ ਨਾਂ ਹੈ ਉਸਮਾਨ ਖਾਂ ਜਿਹਨੂੰ ਇਹਨਾਂ ਰਕਬਾ ਦਿੱਤਾ ਅੱਛਾ ਆ ਦੋ ਪਤੀਆਂ ਅਸਤਰ ਬਣ ਗਏ ਅਤੇ ਰਾਣਾ ਜਾਂ ਸਿੱਖਾਂ ਦੇ ਵਿੱਚੋਂ ਕਿਸੇ ਦਾ ਨਾਮ ਕਦੀ ਸਾਹਮਣੇ ਆਇਆ ਹੋਏ ਸਾਹਮਣੇ ਜੀ ਜਿਸ ਵਕਤ ਇਹ ਇੱਥੋਂ ਉੱਠੀ ਅਤੇ ਕਿਰਾੜ ਗਏ ਨਾ ਉਹਦੇ ਨਾਂ ਜੀ ਰੂਪਾ ਹਾ ਰੂਪਾ ਕਿਰਾੜ ਆ ਰੂਪਾ ਕਿਰਾੜ ਸਰਦਾਰ ਆ ਇਹ ਸਟੀਆਂ ਦਾ ਨੰਬਰਦਾਰੀ ਹਾਂ ਯਾਨੀ ਜ਼ੈਲਦਾਰ ਆ ਠੀਕ ਜ਼ੈਲਦਾਰੀ ਹੈ ਅੱਛਾ ਆਪਣੇ ਪਿੰਡ ਦੇ ਵਿੱਚ ਪੁਰਾਣੀ ਮਤਲਬ ਕਿ ਕੱਚੀ ਜਿਵੇਂ ਕੱਚਿਆ ਸੀ ਨਾ ਸਾਰਾ ਪਿੰਡ ਪਹਿਲੇ ਅਤੇ ਕੱਚੀ ਇਬਾਦਤ ਵਾਸਤੇ ਕਿਹੜੀ ਕਿੰਨੀਆਂ ਕੁ ਜਗ੍ਹਾ ਸੀ ਆਪਣੀਆਂ ਮਸਜਿਦ ਮਤਲਬ ਮਸਜਿਦ ਦੀ ਪਹਿਲੇ ਇੱਕ ਤੋਂ ਇੱਕ ਬੋਦਲਿਆਂ ਦੀ ਇਸ ਸਾਈਡ 'ਤੇ ਹਾਲੀ ਖੜੀ ਹੁਣ ਪੱਕੀ ਬਣੀ ਹੁਣ ਜ਼ਮਾਨੇ 'ਚ ਕੱਚੀ ਹੈ ਅੱਛਾ ਜਿਹੜੀ ਇਸ ਮਗਰਬ ਸਾਈਡ 'ਤੇ ਖੜੀ ਨਾ ਹਾਂਜੀ ਜਿਹੜੀ ਗਰਬੀ ਸਾਈਡ ਹੈ ਉੱਥੇ ਸਿਰ ਆਉਣਾ ਬਾਅਦ 'ਚ ਬਣੀ ਦੋ ਮਸਜਿਦਾਂ ਦੇ ਅਤੇ ਗੈਰ ਮੁਸਲਿਮ ਵੀ ਜਦੋਂ ਇੱਥੇ ਰਹਿੰਦੇ ਸੀ ਉਹਨਾਂ ਨੇ ਆਪਣੀ ਕੋਈ ਇਬਾਦਤਗਾਹ ਨਹੀਂ ਬਣਾਈ ਨਹੀਂ ਜੀ ਉਹਨਾਂ ਨੇ ਇੱਥੇ ਨਹੀਂ ਬਣਾਈ ਅਤੇ ਉਹਨਾਂ ਉੱਥੇ ਬਣਾਈ ਹੱਟੀਆਂ 'ਚ ਹੱਟੀਆਂ ਦੇ ਵਿੱਚ ਵੀ ਨਹੀਂ ਉਹਨਾਂ ਡਪਾਈ ਤੋਂ ਅੱਗੇ ਬਣਾਈ ਮੰਦਰ ਆ ਉੱਥੇ ਹੀ ਸਾਰੇ ਰਲ ਕੇ ਆਦੀ ਜਾਂ ਪੂਜਾ ਕਰਦੇ ਖੜਾ ਹੈ ਨਾ ਹਾਲੀ ਡਪਾਈ ਦੇ ਵਿੱਚ ਹੀ ਸਾਈਡ 'ਤੇ ਪੱਕੀ ਦੇ ਉੱਤੇ ਖੂਹ ਕਿੰਨੇ ਟੋਟਲ ਖੂਹ ਮਤਲਬ ਜਿਹੜੇ ਕਦੀਮ ਖੂਹ ਚੱਲੇ ਹੁਣ ਤਾਂ ਬੰਦ ਹੋ ਗਏ ਤਾਂ ਪੂਰੇ ਗਏ ਨੇ ਨਾ ਸਾਰੇ ਉਹ ਖੂਹ ਕਿੰਨੇ ਸੀ ਉਹ ਜੀ ਦੋ ਆਣੇ ਕਉ ਸਾਈਡ 'ਤੇ ਜਿੱਥੇ ਹੁਣ ਆਬਾਦੀ ਹਾਂਜੀ ਉਸਦਾ ਨਾਮ ਹਾ ਲਾਂਗਰੀ ਮੌਜੂਦ ਹੈ ਉਹ ਖੜੇ ਆ ਇੱਕ ਆ ਜਿੱਥੇ ਬਿਜਲੀ ਲੱਗੀ ਖੜੀ ਹੈ ਫਿਜ਼ਰ ਦੀ ਪੀਰ ਫਿਜ਼ਰ ਦੀ ਬਿਜਲੀ ਲੱਗੀ ਖੜੀ ਹੈ ਇੱਕ ਇੱਥੇ ਖੂਹ ਨੂੰ ਸੱਦਿਆ ਢਾਲੀ ਇੱਕ ਪਿੰਡ ਦੀ ਉਸ ਗੁੱਟ 'ਤੇ ਉਹਨੂੰ ਸੱਦਿਆ ਪਿੱਪਾ ਲਾਲਾ ਇੱਕ ਇਸ ਗੁੱਟ 'ਤੇ ਉਹਨੂੰ ਚੀਕੂ ਨਾਮ ਦਿੰਦੇ ਆ ਅਤੇ ਇਹ ਹੈ ਪਿੰਡ ਦੀ ਉਹ ਮਸਜਿਦ ਜਿਹੜੀ ਕਿ 1947 ਦੀ ਵੰਡ ਤੋਂ ਪਹਿਲਾਂ ਇੱਥੇ ਹੀ ਕੱਚੀ ਸੀ ਫਿਰ ਪਿੰਡ ਵਾਲਿਆਂ ਨੇ ਇਹਦੀ ਦੁਬਾਰਾ ਪੱਕੀ ਤਾਮੀਰ ਕੀਤੀ ਅਤੇ ਇਹ ਹੈ ਉਹ ਜਗ੍ਹਾ ਜਿੱਥੇ 1947 ਦੀ ਵੰਡ ਤੋਂ ਪਹਿਲੇ ਇੱਕ ਗੁਰਦੁਆਰਾ ਸਾਹਿਬ ਹੁੰਦਾ ਸੀ ਲੇਕਿਨ ਵਕਤ ਦੇ ਢਲੇ ਇੱਥੇ ਕੋਈ ਸਾਂਭ ਸੰਭਾਲ ਕਰਨ ਵਾਲਾ ਨਹੀਂ ਰਿਹਾ ਅਤੇ ਇੱਥੇ ਸਿਰਫ ਇੱਕ ਸਮਾਧ ਦੀ ਸ਼ਕਲ ਦੇ ਵਿੱਚ ਇਹ ਨਿਸ਼ਾਨੀ ਮੌਜੂਦ ਹੈ ਇਹਦੇ ਅੰਦਰ ਇਹ ਛੱਤ ਹੈ ਤੁਸੀਂ ਦੇਖ ਸਕਦੇ ਜੇ ਛੱਤ 'ਤੇ ਉਸ ਟਾਈਮ ਦਾ ਹੀ ਆਰਟ ਵਰਕ ਹੋਇਆ ਜਿਹਦੇ 'ਚ ਕੁਛ ਫੁੱਲ ਬਣੇ ਹੋਏ ਨੇ ਰੰਗ ਬਿਰੰਗੇ ਫੁੱਲ ਬਣੇ ਹੋਏ ਨੇ ਅਤੇ ਇਸ ਤਰ੍ਹਾਂ ਹੀ ਅਗਰ ਅਸੀਂ ਥੱਲੇ ਦੇਖੀਏ ਤਾਂ ਇੱਥੇ ਵੀ ਦੇਖਣ ਨੂੰ ਸਾਨੂੰ ਪੁਰਾਣਾ ਉਸ ਟਾਈਮ ਦਾ ਹੀ ਆਰਟ ਵਰਕ ਹੋਇਆ ਨਜ਼ਰ ਆਉਂਦਾ ਹੈ ਅਤੇ ਪਿੰਡ ਵਿੱਚ ਇੱਕ ਪੁਰਾਣੇ ਖੂਹ ਦੀ ਨਿਸ਼ਾਨੀ ਅੱਜ ਵੀ ਮੌਜੂਦ ਹੈ ਜਿਹਨੂੰ ਕਿ ਉਸ ਵਕਤ ਦਾ ਹੀ ਲਾਂਗਰੀ ਖੂਹ ਕਿਹਾ ਜਾਂਦਾ ਹੈ ਜਿਹੜੀ ਉਸ ਟਾਈਮ 'ਚ ਪੁਰਾਣੀ ਛੋਟੀ ਇੱਟ ਇਸਤੇਮਾਲ ਹੁੰਦੀ ਸੀ ਉਹ ਵੀ ਸਾਨੂੰ ਇਸ ਖੂਹ 'ਤੇ ਦੇਖਣ ਨੂੰ ਮਿਲਦੀ ਹੈ ਤੇ ਆਪਣਾ ਪਿੰਡ ਦੇ ਕੀ ਸੀ ਕੱਚਾ ਹੀ ਸੀ ਸਾਰਾ ਹਾਂਜੀ ਕੱਚਾ ਉਹਨਾਂ ਦਾ ਬਿਲਕੁਲ ਕੱਚਾ ਉਹਨਾਂ ਦਾ ਜਿਵੇਂ ਅਕਸਰ ਪੱਕਾ ਤਾਂ ਕੱਲ ਬਣਦਾ ਪਿਆ ਪੁਰਾਣੇ ਪਿੰਡਾਂ ਦੇ ਵਿੱਚ ਇਹ ਵੀ ਗੱਲ ਸੀ ਨਾ ਵੀ ਸਾਰਾ ਪਿੰਡ ਅਗਰ ਕੱਚਾ ਸੀ ਤੇ ਜ਼ਿਮੀਦਾਰ ਜਾਂ ਜ਼ਿਲ੍ਹੇਦਾਰ ਜਿਵੇਂ ਕੋਈ ਸੀ ਵੱਡਾ ਪਿੰਡ ਦਾ ਜੀ ਜੀ ਉਹਦਾ ਪੱਕਾ ਸੀ ਜਾਂ ਡੇਰਾ ਪੱਕਾ ਸੀ ਜਾਂ ਘਰ ਪੱਕਾ ਸੀ ਕਿਸੇ ਦਾ ਵੀ ਪੱਕਾ ਨਹੀਂ ਔਰ ਕਿਰਾੜਾਂ ਦੇ ਵੀ ਕੱਚੇ ਆਣ ਕਿਉਂਕਿ ਕਿਰਾੜਾਂ ਕੋਲ ਦੌਲਤ ਚੋਖੀ ਹੁੰਦੀ ਹੈ ਚੋਖੀ ਦੌਲਤ ਮੁਸਲਮਾਨ ਕੋਲ ਥੋੜ੍ਹੀ ਅਤੇ ਮਤਲਬ ਕਿ ਕਿਰਾੜਾਂ ਦਾ ਹੀ ਵੇਖਣਾ ਵਾ ਕਿ ਅਸੀਂ ਜਿਹੜੇ ਵੀ ਮਤਲਬ ਪਿੰਡ ਦੇ ਪੁਰਾਣਾ ਵੇਖੇ ਨਾ ਕਿਰਾੜ ਹੀ ਕਾਰੋਬਾਰੀ ਸੀ ਦੁਕਾਨਾਂ ਦੁਕਾਨਾਂ ਕਿਰਾੜਾਂ ਦੀ ਸੂਦ ਜ਼ਿਆਦਾ ਉਹ ਕੌਮ ਲਾਉਂਦੀ ਅਤੇ ਜਿਵੇਂ ਮਤਲਬ ਦੁਕਾਨਾਂ ਦੁਕਾਨਾਂ ਇੱਥੇ ਵੀ ਉਹਨਾਂ ਨੇ ਮਾਰਕੀਟ ਜਾਂ ਕੋਈ ਦੁਕਾਨਾਂ ਬਣਾਈਆਂ ਇਸ ਪਿੰਡ ਦੀ ਦੁਕਾਨ ਨਹੀਂ ਆਈ ਉਹ ਜਿਹੜੀਆਂ ਹੱਟੀਆਂ ਸਦੀਆਂ ਨਾ ਹਾਂਜੀ ਉੱਥੇ ਜ਼ਿਆਦਾ ਹੀ ਦੁਕਾਨਾਂ ਹਨ ਅਤੇ ਪੰਜਾਬੀ 'ਚ ਆਪਾਂ ਹੱਟ ਹੀ ਸਕਦੇ ਹਾਂ ਦੁਕਾਨ ਹਾਂਜੀ ਹਾਂਜੀ ਉਹ ਹੱਟੀਆਂ ਨਾਮ ਰੱਖਿਆ ਗਿਆ ਉਹਨਾਂ ਦਾ ਉੱਥੇ ਦੁਕਾਨਾਂ ਹਨ ਅਤੇ ਇਹ ਕਿਰਾੜਾ ਨੇ ਮਤਲਬ ਕਿ ਜਦੋਂ ਮਤਲਬ ਇਹਨਾਂ ਦੀ ਜ਼ਿਆਦਾ ਕਿਉਂਕਿ ਪੈਸੇ ਇਹਨਾਂ ਕੋਲ ਵਾਕਈ ਹਕੀਕਤ ਹੈ ਪੈਸੇ ਇਹਨਾਂ ਕੋਲ ਬਹੁਤੇ ਹੁੰਦੇ ਨੇ ਜ਼ਮੀਨਾਂ ਵੀ ਇਹਨਾਂ ਕੋਲ ਜ਼ਿਆਦਾ ਸੀ ਪੈਸੇ ਵੀ ਇਹਨਾਂ ਕੋਲ ਬਹੁਤੇ ਹੁੰਦੇ ਨੇ ਅਤੇ ਕਿਰਾੜਾ ਦੇ ਵਿੱਚ ਹੀ ਮਤਲਬ ਕਿ ਇਹਨਾਂ ਦੇ ਕੋਈ ਗਰੀਬ ਲੋਕ ਹੋਣਗੇ ਮੁਸਲਮਾਨ ਵੀ ਕਈ ਇਹਨਾਂ ਨਾਲ ਰਲ ਕੇ ਕੰਮ ਕਰਦੇ ਰਹੇ ਨੇ ਉਹਨਾਂ ਨਾਲ ਇਹਨਾਂ ਦਾ ਰਹਿਣ ਸਹਿਣ ਕੈਸਾ ਸੀ ਉਹਨਾਂ ਦਾ ਜੀ ਰਹਿਣ ਸਹਿਣ ਇਹ ਹਾ ਕਿ ਮੁਸਲਮਾਨ ਹੁੰਦੇ ਹਨ ਭੁੱਖੇ ਉਹਨਾਂ ਕੋਲ ਪੈਸਾ ਹੁੰਦਾ ਇਹ ਉਹਨਾਂ ਦੀ ਨੌਕਰੀ ਵੀ ਕਰ ਲੈਂਦੇ ਆ ਮੁਸਲਮਾਨ ਕਮਜ਼ੋਰ ਆ ਉਹਨਾਂ ਦੀ ਨੌਕਰੀ ਵੀ ਕਰ ਲੈਂਦਾ ਚਾਰ ਪੈਸੇ ਉਹ ਲਏ
या वो कोई डंगर च लेंदे आ हिस्से ते उन्हां दी पैरवी करदे आ चारां ने उत्थों आ गए इसे तरह भी गुजारा जमीन भी ले लेंदे आ हिस्से ते वावण नूं अच्छा ते इसे तरह गुजारा हुंदा बोदला फैमिली बैठिया हुई जिहड़े मुसलमान हन बड़ा कुछ किया लेकिन सिरवाने बोदले इन्होंने ज्यादती नहीं की सरदार चांदी चौधरी भी नहीं की डबई वाले भी तफस दिता है और इनू भी तफस दे बड़ा सरदार होया रूपा किरण अच्छे वर्तन अच्छे वर्ताव है इस वजह तू कर लो या वैसे अच्छे लोग आने वैसे हैं भी अच्छे लोग तो उन्होंने बॉर्डर क्रॉस कराया भी तू जा अगू हूँ तेरा मुलाका आ गया ए बॉर्डर है उत्थे अगे तेन कोई नहीं पुछता उत्थे छड़ दे आया सही मतलब अपने पिंड दे हाँ लड़ाई नहीं लड़े ना ना किसी ने किसी ने नुकसान नहीं किया नहीं किया क्योंकि इस्लाम आता है गैर मजहब नु भी ना लुटो हाँ जी अल्लाह का कुरान भी आता गैर मजहब नु लुटो नहीं उन्होंने इतफाक करो जी गल तुम मनावनी चाहते ने वो प्यार मुहब्बत ना करो कराड़ा ने अपने मुसलमान ने भी मार्केट दुकाना बनाई से जी उत्थे मुसलमान दी कोई दुकान नहीं सारी कराड़ा दी कराड़ा को कोई मतलब कि सुनियारे या किवें किवें दे कारोबार मतलब उन्हां दा जी एक परचूनी दुकाना है और मिठाई भी नाल बनांदे आ जो चीज किसी मतलब खंड गुड़ उस खंड तो कोई नहीं होंगी गुड़ लै आवना शक्कर लै आवनी यह जी चीजा मिठा होंगे ਜਿਹੜੀ ਸ਼ਾਇਦ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਆਪਣੇ ਮੇਲੇ ਲੱਗਦੇ ਸੀ ਜੀ ਮਤਲਬ ਕਿ ਪੁਰਾਣੇ ਮੇਲੇ ਲੱਗਦੇ ਪਏ ਨੇ ਹਾਂਜੀ ਉਹਨਾਂ ਦੇ ਵਿੱਚ ਕਰਾੜ ਰਲਦੇ ਸੀ ਮੁਸਲਮਾਨਾਂ ਨਾਲ ਮਿਲ ਕੇ ਮਿਲ ਕੇ ਬਿਲਕੁਲ ਕੋਈ ਲੜਾਈ ਨਹੀਂ ਝਗੜਾ ਨਹੀਂ ਠੀਕ ਮਤਲਬ ਕਿ ਰਲ ਮਿਲ ਕੇ ਸਾਰੇ ਮੇਲੇ ਮਤਲਬ ਜਿਹੜਾ ਜਿਹੜਾ ਮੇਲਾ ਲੱਗਦਾ ਸੀ ਹਾਂਜੀ ਉਹ ਅੱਛਾ ਜਿਵੇਂ ਮਤਲਬ ਕਿ ਕਰਾੜ ਡਾਢੇ ਸੀ ਤੇ ਜਿਹੜੇ ਮੁਸਲਮਾਨ ਆਪਣੇ ਮਤਲਬ ਕਿ ਉਹਨਾਂ ਨਾਲ ਕੰਮ ਕਰ ਰਹੇ ਜਿਹੜੇ ਵਿਚਾਰੇ ਭੁੱਖੇ ਸੀ ਵਿਚਾਰੇ ਉਹਨਾਂ ਨਾਲ ਕੰਮ ਕੁੰਮ ਕਰਦੇ ਸੀ ਤੇ ਜਿਵੇਂ ਮਤਲਬ ਕਿ ਅਸੀਂ ਅਕਸਰ ਪਿੰਡਾਂ ਦੇ ਵਿੱਚ ਵੇਖਦੇ ਹਾਂ ਕਿ ਰਮਜ਼ਾਨ ਸ਼ਰੀਫ ਦੇ ਵਿੱਚ ਨਾ ਜਿਹੜੇ ਲੋਕ ਵੱਡੇ ਨੰਬਰਦਾਰ ਜੋ ਵੀ ਸੀ ਨਾ ਚਾਹੇ ਉਹ ਸਿੱਖਾਂ ਦੇ ਸੀ ਚਾਹੇ ਮੁਸਲਮਾਨਾਂ ਦੇ ਸੀ ਉਹ ਬੜਾ ਕਰਦੇ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਇਹਨਾਂ ਦੀ ਕੋਈ ਹੈ ਸੀ ਮਤਲਬ ਕਿ ਕੋਈ ਰਾਸ਼ਨ ਜਾਂ ਕੋਈ ਐਵੇਂ ਦਾ ਇਮਦਾਦ ਕਰਨਾ ਜਾਂ ਨਹੀਂ ਦੇਖੋ ਨਾ ਜੀ ਇਹ ਜਿਹੜੇ ਹੈਣ ਤੋਂ ਖੈਰ ਮਜ਼ਾ ਨਹੀਂ ਬਿਲਕੁਲ ਉਹਨਾਂ ਦਾ ਇਹ ਵੀ ਹੁੰਦਾ ਵੀ ਹੁਣ ਮਾਂ ਰਮਜ਼ਾਨ ਸ਼ਰੀਫ ਆ ਗਿਆ ਨਾ ਹਾਂਜੀ ਰਜਦੇ ਤੇ ਦੌਲਤਮੰਦ ਤਾਂ ਉਹ ਹੀ ਆ ਲੇਕਿਨ ਉਹ ਇਸ ਤਰ੍ਹਾਂ ਕਰ ਸਿਰਫ ਸਿੱਖ ਦੂਏ ਨਹੀਂ ਖੱਤਰੀ ਕਿਰਾੜ ਨਹੀਂ ਸਿਰਫ ਸਿੱਖ ਉਹ ਇੱਦਾਂ ਹੀ ਕਰ ਲੈਂਦੇ ਵੀ ਮੁਸਲਮਾਨ ਗਰੀਬ ਹੈ ਨਾ ਇਸ ਨੂੰ ਇੱਕ ਮੱਝ ਗਾਂ ਲਿਆਰੀ ਦੇ ਦੀ ਵੀ ਇਹ ਰੋਜ਼ੇ ਆਪਦੇ ਰੱਖ ਲਓ ਇਸ ਚੀਜ਼ ਤੋਂ ਮਨਾ ਨਹੀਂ ਕਰਦੇ ਉੱਟੇ ਖੁਸ਼ ਹੈ ਤਾਂ ਆਪਣੇ ਰੱਬ ਦੀ ਤੁਸੀਂ ਇਬਾਦਤ ਕਰੋ ਤੁਹਾਡਾ ਯੂ ਹੀ ਰੱਬ ਹੈ ਸਾਡਾ ਯੂ ਹੀ ਰੱਬ ਹੈ ਫਰਕ ਇਹ ਹੁਣ ਜਿਹੜੇ ਨੇ ਨਾ ਕਿਰਾੜ ਸਿੱਖ ਇਹ ਨਹੀਂ ਪੂਜਾ ਕਰਦੇ ਦੂਜੀਆਂ ਕੌਮਾਂ ਪੂਜਾ ਕਰਦੀਆਂ ਕਿਉਂਕਿ ਮੁਸਲਿਮ ਦਾ ਮਤਲਬ ਹੀ ਇਹ ਬਿਲਕੁਲ ਇੱਕ ਨੂੰ ਮੰਨਣਾ ਇੱਕ ਨੂੰ ਮੰਨਣਾ ਬਿਲਕੁਲ ਇੱਕ ਗੱਲ ਤੇ ਇਹ ਸਿੱਖ ਦਾ ਕਿਸੇ ਦਾ ਨਾਮ ਯਾਦ ਹੋਏ ਕਿਉਂਕਿ ਉੱਥੇ ਕਿਰਾੜ ਸੀ ਨਾ ਜਿਹੜਾ ਆਇਆ ਵੀ ਸੀ ਤੇ ਹਾਂ ਨਾਮ ਯਾਦ ਹੈ ਸਿੱਖਾਂ ਚ ਜਿਹੜਾ ਇੱਥੇ ਨਾਲ ਨੇੜੇ ਨਜ਼ਦੀਕ ਕੋਈ ਨਹੀਂ ਆਇਆ ਅੱਛਾ ਉਹ ਜਿਹੜਾ ਨਾ ਪਿੰਡ 47 46
ਉਹਦੇ ਨਰ ਟੱਪ ਕੇ ਅੱਗੋਂ 47 ਦੇ ਅੱਗੋਂ 48 ਉਹ ਦੋਵਾਂ ਪਿੰਡ ਹੀ ਸਿੱਖ ਉਸ ਨਾਂ ਹਾਂ ਵਧਾਵਾ ਸਿੰਘ ਠੀਕ ਜਿਹੜਾ ਗਿਆ ਨਹੀਂ ਇੱਥੇ ਲੜਿਆ ਹੈ ਮਰੀਜ਼ ਕਹਿ ਰਿਹਾ ਲੋਕ ਉਹਨੂੰ ਆਉਂਦੇ ਤੂੰ ਯਾਰ ਵਗ ਜਾ ਕਿਉਂ ਪੰਜਾਬ ਦੀ ਵੰਡ ਹੋ ਗਈ ਅੱਜ ਤੁਹਾਡੇ ਕੋਲ ਆ ਗਈ ਉਸ ਅਗਮ ਕੋਈ ਨਹੀਂ ਹੋਈ ਵੰਡ ਸਿਰਫ ਉਸ ਪੰਜਾਬ ਜਿਹੜਾ ਚੜ੍ਹਦਾ ਪੰਜਾਬ ਹੈ ਉਹਦੇ ਵਿੱਚੋਂ ਮੁਸਲਮਾਨ ਉੱਠ ਕੇ ਇੱਥੇ ਆਏ ਨੇ ਅਤੇ ਇਹ ਲਾਂਦਾ ਪੰਜਾਬ ਯਾਨੀ ਸ਼ਰਕੀ ਇਹਦੇ ਵਿੱਚੋਂ ਉੱਠ ਕੇ ਕਿਰਾੜ ਉਹਦੇ ਗਏ ਬਾਕੀ ਰਿਆਸਤ 7 ਰਿਆਸਤਾਂ ਨੇ ਸਿਰਫ ਪੰਜਾਬ ਆਈ ਬਾਕੀ ਦੀਆਂ ਨੇ ਬਾਕੀ ਸਾਰੇ ਹੋਵੇ ਜੀ ਜੀ ਠੀਕ ਉਹ ਸਿੱਖ ਦਾ ਕੀ ਨਾਮ ਦੱਸਿਆ ਵਧਾਵਾ ਸਿੰਘ ਵਧਾਵਾ ਸਿੰਘ ਹਾਂ ਸਿੰਘ ਤੋਂ ਮੁਰਾਦ ਸਿੱਖ ਹਾਂ ਜੀ ਬਿਲਕੁਲ ਸਿੰਘ ਦੇ ਨਾਲ ਲੱਗ ਜਾਵੇ ਜੀ ਜੀ ਤੇ ਆਪਣੇ ਪਿੰਡ ਦਾ ਨਾਮ ਮਤਲਬ ਕਿ ਕਰਤਾਰਪੁਰ ਇਹਨੂੰ ਰੱਖਣ ਦਾ ਮਤਲਬ ਕਿ ਕਰਤਾਰਪੁਰ ਜਾਂ ਕਰਤਾਰ ਸਿੰਘ ਇਹ ਜੀ ਕਰਤਾਰ ਸਿੰਘ ਸੀ ਪਹਿਲੇ ਕਰਤਾਰ ਸਿੰਘ ਆ ਉਸ ਤੋਂ ਬਾਅਦ ਇਹ ਕਰਤਾਰਪੁਰ ਰੱਖਿਆ ਕਿ ਕਰਤਾਰ ਨਾਮ ਬੁਰਾ ਨਹੀਂ ਕਰਤਾਰ ਦਾ ਮਾਨਾ ਕਿਸੇ ਨੂੰ ਹੁੰਦਾ ਤਾਂ ਬੋਲ ਤੇ ਦੱਸੇ ਕਰਤਾਰ ਮੈਨੇ ਹੈ ਅੱਲਾ ਪਾਕ ਸਰਜਣਹਾਰ ਕਰਤਾਰ ਇਹ ਰੱਬ ਦਾ ਨਾਮ ਸਹੀ ਮਤਲਬ ਪਹਿਲੇ ਇਹਦਾ ਨਾਮ ਕਰਤਾਰ ਸਿੰਘ ਆ ਫਿਰ ਕਰਤਾਰਪੁਰ ਕਰਤਾਰਪੁਰ ਆਪਣੇ ਪਿੰਡ 'ਚ ਹੁਣ ਸਕੂਲ ਹੈਗਾ ਜੀ ਜੀ ਹੈ ਕਿੰਨੀਆਂ ਜਮਾਤਾਂ ਦਾ ਅੱਠਾਂ ਦਾ ਕਿੰਨੇ ਸਾਲ ਹੋ ਗਏ ਸਕੂਲ ਤਕਰੀਬਨ 2008 ਹੁਣ ਤਾਂ ਮਲੂਮ ਦਾ ਉਹ 70 ਜਾਈਏ 72 ਜਾਈਏ ਲੇਕਿਨ ਉਹ ਸਿਰਫ 2 ਮਿੰਟ ਲੱਗਦੇ ਸਕੂਲ ਪਹੁੰਚ ਜਾਂਦੇ ਅਤੇ ਇਹ ਸੁਣਨ 'ਚ ਆਉਂਦਾ ਹੈ ਜੀ ਕਿ 47 ਦੀ ਵੰਡ ਤੋਂ ਪਹਿਲਾਂ ਵੀ ਮਤਲਬ ਕਿ ਲੋਕਾਂ ਦਾ ਜੋ ਮੁਸਲਮਾਨਾਂ ਦਾ ਆਪਣਾ ਬੁੜੀਆਂ ਦਾ ਪਰਦਾ ਹੈ ਹਾਂਜੀ ਉਹਨਾਂ ਦੀ ਵੀ ਪਰਦੇ ਦੀ ਸਖਤੀ ਸੀ ਹਾਂਜੀ ਕਿਰਾੜਾਂ ਦੀ ਪਰਦੇ ਦੀ ਸਖਤੀ ਹੈ ਮੁਸਲਮਾਨਾਂ ਤੋਂ ਜ਼ਿਆਦਾ ਠੀਕ ਹਾਂਜੀ ਉਹ ਜ਼ਿਆਦਾ ਪਰਦਾ ਕਰਦੇ ਆ ਮੁਸਲਮਾਨ ਜੇ ਕੋਈ ਖਾਂਦਾ ਪੀਂਦਾ ਲੋਕ ਹੈ ਤੂੰ ਕਰ ਲੈਂਦਾ ਗਰੀਬ ਨੂੰ ਬਾਹਰ ਮੁਆਸ਼ਰੇ ਚ ਨਿਕਲ ਤੇ ਰੋਜ਼ੀ ਕਮਾਉਣੀ ਪੈਂਦੀ ਹੈ ਸਾਰੀ ਗੱਲ ਬਾਈ ਬੀਜੀ ਦਾ ਕਈ ਮਤਲਬ ਕਿ ਹੁਣ ਵੀ ਸਾਡੀਆਂ ਮਾਵਾਂ ਭੈਣਾਂ ਕਰਦੀਆਂ ਨੇ ਕਾਰੋਬਾਰ ਜੀ ਆ ਬਸ ਇਸ ਤਰ੍ਹਾਂ ਮਤਲਬ ਪਰਦੇ ਦੀ ਸ਼ਕਤੀ ਉਹਨਾਂ ਦੀ ਸੀ ਹਾਂਜੀ ਉਹਨਾਂ ਦੀ ਪਰਦੇ ਦੀ ਸ਼ਕਤੀ ਉਹਨਾਂ ਦੀ ਬੂਟੀਆਂ ਬਾਹਰ ਨਹੀਂ ਨਿਕਲਦੀ ਇਹ ਪਿੰਡ ਮਤਲਬ ਕਿ ਜਦੋਂ ਸਾਰੇ ਇੱਥੋਂ ਚੱਲ ਗਏ ਕਰਾੜ 47 ਦੀ ਵੰਡ ਤੋਂ ਬਾਅਦ ਕਦੀ ਕੋਈ ਆਇਆ ਆਪਣਾ ਪਿੰਡ ਵੇਖਣ ਜੀ ਆਉਂਦੇ ਰਹੇ ਜਿਹੜਾ ਕਿ ਤੁਹਾਨੂੰ ਦੱਸਿਆ ਨਾ ਮਜ਼ਾਇਲ ਲਾਲ ਰੂਪਾ ਉਹਦੇ ਪੁੱਤਰ ਹਾਲੀ ਤਾਂ ਨਹੀਂ ਡਬਈ 'ਚ ਆਉਂਦੇ ਨੇ ਉਸ ਚਾਂਦੀ ਚੌਧਰੀ ਜ਼ਾਇਲਦਾਰ ਦੀ ਔਲਾਦ ਉੱਥੇ ਪਿੰਡ ਆ ਜਾਂਦੀ ਜਿੱਥੇ ਉਹ ਮੁਕੀਮ ਆ ਡਬਈ ਜਿਹੜੇ ਰੂਪੇ ਕਰਾੜ ਦੀ ਔਲਾਦ ਆਈ ਸਿਰ ਖੁਦ ਮੈਂ ਰੂਪਾ ਵੇਖਿਆ ਵੀ ਹੈ ਜਿੱਥੇ ਆਇਆ ਇਹ ਪੈਰਲੀ ਨੁੱਕਰ 'ਤੇ ਉਹ ਕਾਲੂ ਦੂਰੇ ਦਾ ਉਹਨਾਂ ਦੇ ਘਰ ਵੱਡੀ ਢਾਲੀ ਦੇਖ ਮੈਂ ਉਹਨੂੰ 2 ਵਾਰੀ ਵੇਖਿਆ ਸੀ ਕੁਛ ਉਹਦੀਆਂ ਆਉਣ ਦਾ ਮਕਸਦ ਇਹ ਆ ਕਿ ਕੁਛ ਉਹਦੀਆਂ ਅਮਾਨਤਾਂ ਹਨ ਅੱਛਾ ਲੋਕਾਂ ਇੱਕ ਬੱਜੀ ਉਹ ਜਿਹੜਾ ਆਹਦਾ ਮਾਲ ਪੈਸਾ ਪਾ ਰੱਖ ਗਿਆ ਅੱਛਾ 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 ਇੱਕ ਬੰਦਾ 70 ਵਿੱਚ ਆ ਉਹਦੇ ਕੋਲ ਉਹਦੀ ਅਮਾਨਤ ਆਈ ਸਾਰੇ ਸਾਰੇ ਉਹਦੇ ਕੋਲ ਪੁੱਛਦਾ ਰਿਹਾ ਉਹ ਖਾ ਗਿਆ ਉਸ ਵੀ ਨਹੀਂ ਦਿੱਤੀ ਇਸੇ ਤਰ੍ਹਾਂ ਇਸ ਬਹਾਨੇ ਨਾਲ ਹੀ ਇਸ ਮਕਸਦ ਨਾਲ ਇੱਥੇ 2 ਵਾਰੀ ਤਾਂ ਮੈਂ ਵੇਖਿਆ ਫਿਰ ਬਾਅਦ ਨਹੀਂ ਉਹਦੀ ਔਲਾਦ ਆਉਂਦੀ ਰਹੀ ਹੈ ਇੱਥੇ ਅੱਡੀਆਂ 'ਚ ਮੰਮਾ ਕਸਾਈ ਉਹਦੇ ਕੋਲ ਆਉਂਦੇ ਹਨ ਮੰਮਾ ਦੇ ਲਈ ਗੁੰਮੇ ਦੇ ਕੋਲ ਨੰਬਰਦਾਰ ਕੋਲ ਆਉਂਦੇ ਹਨ ਬਸ ਉਹ ਤੁਸੀਂ ਕਿ ਅੱਜ ਜਾਂਦੇ ਆ ਆਪਣੇ ਸਾਹੀਵਾਲ ਜਿਹੜਾ ਸਕੂਲ ਆ ਉਹਨਾਂ ਜ਼ਮਾਨੇ 'ਚ ਜਿੱਥੇ ਉਹ ਪੜ੍ਹਦੇ ਰਹਿਣ ਉੱਥੋਂ ਫੇਰਾ ਮਾਰ ਕੇ ਦਿੱਤੀ ਛੱਡ ਦਿੰਦੇ ਬੱਚੇ ਹੁਣ ਵੀ ਆਉਂਦੇ ਨੇ ਹਾਂ ਬੱਚੇ ਆਉਂਦੇ ਨੇ ਬਿਲਕੁਲ ਅੱਜ ਵੀ ਆਉਂਦੇ ਨੇ ਸਹੀ ਅਤੇ ਇੱਥੇ ਕਿਹੜੇ ਮੁਸਲਮਾਨ ਦਾ ਨਾਮ ਦੱਸਿਆ ਜਿਹਨਾਂ ਕੋਲ ਆ ਕੇ ਮਿਲੇ ਹੋ ਜਿਹਨੂੰ ਮਤਲਬ ਉਹ ਜੀ ਇੱਕ ਤਾਂ ਹਾ ਮੰਮਾ ਕਸਾਈ ਮੰਮਾ ਦਲੀ ਕਸਾਈ ਕਰ ਲਓ ਦੂਸਰਾ ਮੰਮਾ ਦਲੀ ਸੇਰਵਾਣਾ ਨੰਬਰਦਾਰ 70 ਵਿੱਚ ਇਹਨਾਂ ਦੋ ਕੋਲੋਂ ਤਾਂ ਫਿਰ ਸਾਹੀਵਾਲ ਜਾਂਦੇ ਆ ਜਿੱਥੋਂ ਪੜ੍ਹਦੇ ਆ ਨਾ ਹਾਂਜੀ ਉੱਥੋਂ ਅੱਗੇ ਪਿੱਛੋਂ ਘਰ ਵੱਗ ਗਿਆ ਮਤਲਬ ਬੱਚੇ ਉਹਨਾਂ ਦੇ ਅੱਜ ਵੀ ਬਿਲਕੁਲ ਆਉਂਦੇ ਜਾਂਦੇ ਬੜੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਸੀਂ ਆਪਦਾ ਟਾਈਮ ਦਿੱਤਾ ਅੱਜ ਅਸੀਂ ਤੁਹਾਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦਾ ਪਿੰਡ ਹੱਟੀਆਂ ਕਰਤਾਰਪੁਰ ਅਤੇ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਰੱਬ ਰਾਖਾ